ਫਤਿਹਗੜ੍ਹ ਸਾਹਿਬ ਤੋਂ ਸਾਬਕਾ ਸਾਂਸਦ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਲਿਬੜਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। 88 ਸਾਲਾਂ ਦੇ ਸੁਖਦੇਵ ਸਿੰਘ ਲਿਬੜਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਨ੍ਹਾਂ ਦਾ ਇਲਾਜ ਖੰਨਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਸੀ। ਅੱਜ ਤੜਕੇ 4 ਵਜੇ ਉਹਨਾਂ ਨੇ ਆਖਰੀ ਸਾਹ ਲਏ। ਸੁਖਦੇਵ ਸਿੰਘ ਲਿਬੜਾ 17 ਸਾਲ SGPC ਦੇ ਮੈਂਬਰ ਰਹੇ। ਉਹ ਪਹਿਲੀ ਵਾਰ 1985 ਵਿੱਚ ਖੰਨਾ ਤੋਂ ਵਿਧਾਇਕ ਬਣੇ ਅਤੇ ਫਿਰ 2 ਵਾਰ ਰੋਪੜ ਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਬਣੇ। ਸੁਖਦੇਵ ਸਿੰਘ ਲਿਬੜਾ 1 ਵਾਰ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਨੇ। ਸਵੇਰੇ 4:13 ਤੇ। ਅੱਛਾ ਜੀ, ਤੇ ਕਿੰਨੀ ਉਮਰ ਸੀ ਜੀ ਇਹਨਾਂ ਦੀ? ਉਮਰ ਇਹਨਾਂ ਦੀ ਤਕਰੀਬਨ 88 ਦੇ ਕਰੀਬ ਸੀ। 7/11/1932 ਦਾ ਜਨਮ ਦਿਨ ਸੀ। ਨਹੀਂ ਨਹੀਂ ਬਿਮਾਰ ਨਹੀਂ ਸੀ, ਤੁਰਦੇ ਫਿਰਦੇ ਸੀ ਜੀ। ਬਸ ਇਹਨਾਂ ਬੁਖਾਰ ਚੜਿਆ ਸੀ, ਵਿਸਲ ਛੱਡੇ ਜੀ, ਬਸ ਤੁਰਦੇ ਫਿਰਦੇ ਸੀ, ਕੋਈ ਅਸੀਂ ਗੱਲ ਨਹੀਂ। ਲਿਬੜਾ ਸਾਹਿਬ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਔਰ ਜੋ ਜ਼ਿੰਦਗੀ ਇਹ ਸ਼ਾਂਤ ਸਖਤ ਨਾਲ ਬਤੀਤ ਕਰਕੇ ਗਏ, ਇਹੋ ਜਿਹੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਕੀਤੀ? ਜਾਣਾ ਤਾਂ ਸਾਰਿਆਂ ਨੇ ਇੱਕ ਦਿਨ ਹੈ, ਲੇਕਿਨ ਜਾਣ ਦਾ ਜਿੱਥੇ ਬਹੁਤ ਵੱਡਾ ਅਫਸੋਸ ਹੈ, ਪਰ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਔਰ ਮੇਰੇ ਮਾਨਯੋਗ ਪਿਤਾ ਸਵਰਗੀਆ ਪੰਥ ਰਤਨ ਜਹੇਦਾਰ ਗੁਰਚਰਨ ਸਿੰਘ ਜੀ ਕੌੜਾ ਦੀ ਜਦੋਂ ਉਂਗਲ ਫੜ ਕੇ ਚੱਲੇ ਨੇ, ਤਾਂ ਸਾਨੂੰ ਇਸ ਗੱਲ ਦਾ ਮਾਣ ਹੈ। ਇਹ ਇੱਕੋ ਇੱਕ ਸ਼ਖਸ ਹੈ ਜਿਹਨੇ ਕੌੜਾ ਸਾਹਿਬ ਦੇ ਕਿਤੇ ਵੀ ਦਾਮਨ ਤੇ ਦਾਗ ਨਹੀਂ ਲੱਗਣ ਦਿੱਤਾ। ਫਤਿਹਗੜ੍ਹ ਸਾਹਿਬ ਤੋਂ ਵਿਪਨ ਬੀਜਾ ਦੀ ਰਿਪੋਰਟ, ਜਗਬਾਣੀ TV।